हाँ जी दोस्तों, MD जॉब अलर्ट्स चैनल दे विच तुहाडा स्वागत है जी। बहुत वधिया पोस्टां संबंधी नोटिफिकेशन जारी किया गया है जो कि हायर एजुकेशन इंस्टीट्यूट सोसाइटी सरकारी कॉलेज दे वल्लों जो है पोस्टां अनाउंस कीतियां गईयां ने जी। वख-वख पोस्टां ने जी, कीड़ियां-कीड़ियां पोस्टां ने, किवें तुसीं अप्लाई करना है, पूरी डिटेल दे विच जानकारी देवांगा। अगर तुसीं चैनल दे उत्ते पहली बार विजिट कर रहे हो जी, चैनल नूं सबसक्राइब करन दे नाल नाल बैल आइकन नूं भी प्रेस कर देवो ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ, ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ, ਨੋਟੀਫਿਕੇਸ਼ਨ ਆਉਂਦਾ ਹੈ, ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ। ਸਾਡੇ ਉਸ ਟੈਲੀਗ੍ਰਾਮ ਚੈਨਲ ਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਜੁਆਇਨ ਕਰ ਲਵੋ, ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ PDF ਫਾਈਲ, ਜਾਂ ਕੋਈ ਨਵਾਂ ਨੋਟੀਫਿਕੇਸ਼ਨ ਆਉਂਦਾ ਹੈ, ਅਪਡੇਟ ਆਉਂਦਾ ਹੈ ਉਸ ਦੀ PDF ਫਾਈਲ, ਜਾਂ ਕੋਈ ਐਪਲੀਕੇਸ਼ਨ ਫਾਰਮ ਹੁੰਦਾ ਹੈ ਜਿਸ ਨੂੰ ਤੁਸੀਂ ਭਰ ਕੇ ਪੋਸਟਾਂ ਦੇ ਲਈ ਅਪਲਾਈ ਕਰਨਾ ਹੁੰਦਾ ਹੈ, ਉਸ ਦੀ PDF ਫਾਈਲ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ, ਜਿੱਥੋਂ ਤੁਸੀਂ ਡਾਊਨਲੋਡ ਕਰਕੇ ਜੀ ਦੇਖ ਸਕਦੇ ਹੋ। ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਸਾਡਾ ਜੀ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ਵੀ ਹੈ ਜੋ MD ਜੋਬ ਅਲਰਟਸ ਦੇ ਨਾਮ ਦੇ ਉੱਤੇ ਨੇ ਜੀ, ਉਹਨਾਂ ਨੂੰ ਵੀ ਲਾਈਕ ਅਤੇ ਫੋਲੋ ਜ਼ਰੂਰ ਕਰ ਲਵੋ, ਧੰਨਵਾਦ ਹੋਵੇਗਾ ਜੀ। ਚਲੋ ਆਪਾਂ ਵੀਡੀਓ ਦੇ ਅੱਗੇ ਵੱਲ ਵੱਧਦੇ ਹਾਂ। ਹਾਂਜੀ ਦੋਸਤੋ, ਜੋ ਅੱਜ ਦੀਆਂ ਪੋਸਟਾਂ ਨੇ ਉਸ ਦੇ ਲਈ ਸਿੱਧੀ ਵਾਕ ਇਨ ਇੰਟਰਵਿਊ ਹੋਣ ਜਾ ਰਹੀ ਹੈ ਜੀ। ਇੰਟਰਵਿਊ ਦੀ ਡੇਟ ਅਤੇ ਸਮਾਂ ਜ਼ਰੂਰ ਦੱਸਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੋਸਾਇਟੀ ਜੋ ਸਰਕਾਰੀ ਕਾਲਜ ਹੁਸ਼ਿਆਰਪੁਰ ਵੱਲੋਂ ਜੋ ਹੈ ਸੈਲਫ ਫਾਈਨਾਂਸ ਸਕੀਮ ਅਧੀਨ ਚਲਾਏ ਜਾਣ ਵਾਲੇ ਕੋਰਸਾਂ ਨਾਲ ਸੰਬੰਧਿਤ ਵਿਸ਼ਿਆਂ ਲਈ ਜੀ ਹੇਠ ਲਿਖੀਆਂ ਜੋ ਅਸਾਮੀਆਂ ਕੱਢੀਆਂ ਗਈਆਂ ਨੇ ਜੀ, ਜੋ ਕਿ 2022-23 ਲਈ ਸੈਸ਼ਨ ਲਈ ਜ਼ਰੂਰੀ ਨੇ ਜੀ। ਇਹਨਾਂ ਲਈ ਸਭ ਤੋਂ ਪਹਿਲਾਂ ਜੀ ਪੋਸਟ ਹੈ ਜੀ ਕੰਪਿਊਟਰ ਵਿਭਾਗ ਦੇ ਵਿੱਚ 2 ਪੋਸਟਾਂ ਨੇ ਜੀ, ਕਮਰਸ ਵਿਭਾਗ ਦੇ ਵਿੱਚ ਇੱਕ ਪੋਸਟ ਹੈ ਜੀ, ਤਬਲਾ ਇੰਸਟਰਕਟਰ ਦੀਆਂ ਇੱਕ ਪੋਸਟ ਹੈ ਜੀ। ਇਹ ਪ੍ਰੋਫੈਸਰਾਂ ਦੀਆਂ ਪੋਸਟਾਂ ਨੇ ਜੋ ਕਿ 2022-23 ਲਈ ਸਰਕਾਰੀ ਕਾਲਜ ਹੁਸ਼ਿਆਰਪੁਰ ਫਾਈਨਾਂਸ ਸਕੀਮ ਅਧੀਨ ਪੋਸਟਾਂ ਕੱਢੀਆਂ ਗਈਆਂ ਨੇ ਜੀ। ਨਿਯੁਕਤੀ ਲਈ ਅਕਾਦਮਿਕ ਜੋ ਸ਼ਰਤਾਂ ਨੇ ਜੀ ਪੰਜਾਬ ਸਰਕਾਰ ਅਤੇ ਪੰਜਾਬ ਯੂਨੀਵਰਸਿਟੀ UGC ਅਨੁਸਾਰ ਹੋਣਗੀਆਂ ਜੀ। ਮਿਹਨਤਾਨਾ ਸੁਸਾਇਟੀ ਵੱਲੋਂ ਨਿਰਧਾਰਿਤ ਫੈਸਲੇ ਮੁਤਾਬਕ ਹੋਵੇਗਾ ਜੀ ਜੋ ਤਨਖਾਹ ਦਿੱਤੀ ਜਾਵੇਗੀ ਜੀ। ਅਤੇ ਇਹਨਾਂ ਅਸਾਮੀਆਂ ਲਈ ਜੋ ਵਾਕ ਇਨ ਇੰਟਰਵਿਊ ਹੋਣ ਜਾ ਰਹੀ ਹੈ 25/4/2022 ਨੂੰ ਸਵੇਰੇ 10 ਵਜੇ ਇੰਟਰਵਿਊ ਹੋਵੇਗੀ ਜੀ, ਜੋ ਕਿ ਪ੍ਰਿੰਸੀਪਲ ਦਫ਼ਤਰ ਵਿਖੇ ਹੋਵੇਗੀ। ਇਸ ਵਾਕ ਇਨ ਇੰਟਰਵਿਊ 'ਚ ਸ਼ਾਮਲ ਹੋਣ ਲਈ ਉਮੀਦਵਾਰਾਂ ਨੂੰ ਕੋਈ TA DA ਨਹੀਂ ਦਿੱਤਾ ਜਾਵੇਗਾ ਜੀ। ਸਿੱਧੀ ਵਾਕ ਇਨ ਇੰਟਰਵਿਊ ਹੈ ਜੀ, ਤੁਸੀਂ ਵਾਕ ਇਨ ਇੰਟਰਵਿਊ ਦੇ ਉੱਤੇ ਪਹੁੰਚ ਸਕਦੇ ਹੋ ਅਗਰ ਤੁਸੀਂ ਇਹਨਾਂ ਦੀ ਇਲੀਜੀਬਿਲਟੀ ਪੂਰੀ ਕਰਦੇ ਹੋ। ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਅਤੇ ਅੱਗੇ ਤੋਂ ਨਵੀਂ ਨਵੀਂ ਵੀਡੀਓ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਜੀ। ਹੁਣ ਮਿਲਦੇ ਹਾਂ ਨਵੀਆਂ ਪੋਸਟਾਂ ਦੇ ਨਾਲ, ਨਵੀਂ ਵੀਡੀਓ ਦੇ ਨਾਲ ਜੀ। ਤਦ ਤੱਕ ਲਈ ਜੀ, ਰੱਬ ਰਾਖਾ।